ਕੇਂਦਰੀ ਰਸਾਇਣ ਤੇ ਖਾਦ ਮੰਤਰੀ ਮਨਸੂਖ ਮਾਣਵਿਆ ਨੇ ਕਿਹਾ ਹੈ ਕਿ ਸਰਕਾਰ ਫਾਰਮਾ ਸੈਕਟਰ ਵਿੱਚ ਖੋਜ ਤੇ ਨਵੀਨਤਾ ਨੂੰ ਉਤਸ਼ਾਹਿਤ ਕਰਨ ਲਈ 5000 ਕਰੋੜ ਰੁਪਏ ਦੇ ਕੁੱਲ ਖਰਚੇ ਨਾਲ ਜਲਦੀ ਹੀ ਇੱਕ ਨਵੀਂ ਯੋਜਨਾ ਪੀਆਰਆਈਪ ਸ਼ੁਰੂ ਕਰੇਗੀ। ਪਿਛਲੇ ਮਹੀਨੇ ਮੰਤਰੀ ਮੰਡਲ ਨੇ ਸਾਲ 2023-24 ਤੋਂ 2027-28 ਤੱਕ 5 ਸਾਲਾਂ ਲਈ ਇਸ ਯੋਜਨਾ ਨੂੰ ਮਨਜ਼ੂਰੀ ਦਿੱਤੀ ਹੈ। ਮਾਣਵਿਆ ਨੇ ਕਿਹਾ ਕਿ ਸਰਕਾਰ ਦਾ ਉਦੇਸ਼ ਫਾਰਮਾ ਉਦਯੋਗ ਦਾ ਵਿਕਾਸ, ਦਵਾਈਆਂ ਦਾ ਨਿਰਮਾਣ ਤੇ ਖੋਜ ਤੇ ਨਵੀਨਤਾ ਨੂੰ ਉਤਸ਼ਾਹਿਤ ਕਰਨਾ ਹੈ। ਉਨ੍ਹਾਂ ਦੱਸਿਆ ਕਿ ਸਰਕਾਰ ਨੇ 1000 ਕਰੋੜ ਰੁਪਏ ਦੀ ਲਾਗਤ ਨਾਲ ਤਿੰਨ ਬਲਕ ਡਰੱਗ ਪਾਰਕ ਸਥਾਪਿਤ ਕਰਨ ਦਾ ਫੈਸਲਾ ਕੀਤਾ ਹੈ ਇਹ ਗੁਜਰਾਤ ਹਿਮਾਚਲ ਪ੍ਰਦੇਸ਼ ਤੇ ਆਂਧਰਾ ਪ੍ਰਦੇਸ਼ ਵਿੱਚ ਸਥਾਪਿਤ ਕੀਤੇ ਜਾ ਰਹੇ ਨੇ ਇਸ ਤੋਂ ਇਲਾਵਾ ਦੇਸ਼ ਵਿੱਚ ਮੈਡੀਕਲ ਉਪਕਰਨਾਂ ਦੇ ਨਿਰਮਾਣ ਨੂੰ ਉਤਸ਼ਾਹਿਤ ਕਰਨ ਲਈ ਉੱਤਰ ਪ੍ਰਦੇਸ਼ ਹਿਮਾਚਲ ਪ੍ਰਦੇਸ਼ ਤਾਮਿਲਨਾਡੂ ਤੇ ਮਾਧ ਪ੍ਰਦੇਸ਼ ਵਿੱਚ ਚਾਰ ਮੈਡੀਕਲ ਡਿਵਾਈਸ ਪਾਰਕ ਵੀ ਬਣਾਏ ਜਾ ਰਹੇ ਨੇ